ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ শ্রবণ ਕਰਨਾ ਹੈ ਅੱਜ ਦਾ ਆਪਣਾ ਵਿਚਾਰ ਦਾ ਜੋ ਵਿਸ਼ਾ ਹੈ ਸਬਜੈਕਟ ਮਾਨਸ ਜਨਮ ਬਾਰੇ ਆਪਾਂ ਵਿਚਾਰ ਕਰਾਂਗੇ ਸਾਰੀ ਜਿਹੜੀ ਵਿਚਾਰ ਹੈ ਇਹ ਮਨੁੱਖਾ ਦੇਹੀ ਦੇ ਸੰਬੰਧ ਵਿੱਚ ਹੋਵੇਗੀ ਹਾਂਜੀ ਪਹਿਲਾ ਨੁਕਤਾ ਇਹ ਹੈ ਕਿ ਜੋ ਮਨੁੱਖਾ ਜਨਮ ਹੈ ਮਨੁੱਖਾ ਜਨਮ ਦਾ ਭਾਵ ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ ਮਨੁੱਖ ਲਹਜ ਇਸਤਰੀ ਪੁਰਸ਼ ਵਾਸਤੇ ਸਾਂਝਾ ਹੈ ਸੋ ਜਿਹੜੀ ਮਾਨਸ ਦੇਹੀ ਹੈ ਇਹ ਸਾਰੀਆਂ ਜੁਨਾਂ ਦਾ ਸਿਖਰ ਹੈ ਇਸ ਧਰਤੀ ਮਹ ਤੇਰੀ ਸਿਕਦਾਰੀ ਅਵਰ ਜੋਣ ਤੇਰੀ ਪਨਹਾਰੀ ਗੁਰਬਾਣੀ ਵਿੱਚ ਫਰਮਾਨ ਹੈ ਕੀ ਸ ਧਰਤੀ ਤੇ ਤੇਰੀ ਸਰਦਾਰੀ ਹੈ ਤੇ ਸਾਰੀਆਂ ਜੂਨਾ ਤੇਰਾ ਪਾਣੀ ਭਰਨ ਵਾਲੀਆਂ ਆਵਰ ਜੋਨ ਤੇਰੀ ਪਣ ਹਾਰੀ ਕੀ ਸਿੱਖਿਆ ਮਿਲਿਆ ਆਪਾਂ ਨੂੰ ਕਿ ਮਨੁੱਖਾ ਜਨਮ ਸਾਰੀਆਂ ਜੂਨਾ ਦਾ ਸਿਖਰ ਹੈ ਟਾਪ ਆਫ ਕ੍ਰिएशन ਇਹ ਸਾਡੇ ਵਿੱਚ ਸਭੈ ਮਾਣ ਹੋਣਾ ਚਾਹੀਦਾ ਆਤਮ ਵਿਸ਼ਵਾਸ ਕਹਿ ਲੋ ਸੈਲਫ ਕੰਫੀਡੈਂਸ ਕਹਿ ਲੋ ਪ੍ਰਮਾਤਮਾ ਜੀ ਦੀ ਬਖਸ਼ਿਸ਼ ਤੇ ਭਰੋਸਾ ਕਹਿ ਲੋ ਇਹ ਸਾਨੂੰ ਪ੍ਰਮਾਤਮਾ ਜੀ ਨੇ ਸਾਰੀਆਂ ਜੁਨਾਂ ਦੀ ਸਰਦਾਰੀ ਦਿੱਤੀ ਹੈ ਅਸੀਂ ਸਾਰੀਆਂ ਜੁਨਾਂ ਦੇ ਸਰਦਾਰ ਹਾਂ ਇਹ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਆਤਮ ਵਿਸ਼ਵਾਸ ਨੂੰ ਹੰਕਾਰ ਨਹੀਂ ਕਹਿੰਦੇ ਆਤਮ ਵਿਸ਼ਵਾਸ ਹੋਣਾ অতি ਜ਼ਰੂਰੀ ਹੈ ਸਭ ਆਮਾਨ ਸੋ ਇਹ ਮਨੁੱਖਾ ਜਨਮ ਦੀ ਸਰਦਾਰੀ ਹੈ ਜੋ ਇਹਨੂੰ ਅਸੀਂ ਕਾਇਮ ਰੱਖਣਾ ਹੈ ਇਹਨਾਂ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਮਨੁੱਖਾ ਜਨਮ ਸਰਦਾਰੀ ਹੈ ਸਾਰੀਆਂ ਜੁਨਾਂ ਦੀ ਪਰ ਕਈ ਵਾਰ ਕੀ ਹੁੰਦਾ ਹੈ ਗਿਆਨ ਤੋਂ ਬਿਨਾ ਇਹ ਸਰਦਾਰੀ ਰੁੱਲਦੀ ਵੇਖੀ ਜਾਂਦੀ ਹੈ ਸੱਚੇ ਗਿਆਨ ਤੋਂ ਬਿਨਾ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਇਹ ਜੀਵਨ ਕਿਵੇਂ ਜਿਉਣਾ ਹੈ ਜੋ ਜੀਵਨ ਜਿਉਣ ਦਾ ਤਰੀਕਾ ਪਰਮਾਤਮਾ ਜੀ ਨਾਲ ਜੁੜਨ ਦਾ ਤਰੀਕਾ ਇਹ ਸਾਨੂੰ ਗੁਰਬਾਣੀ ਦੇ ਗਿਆਨ ਤੋਂ ਪਤਾ ਲੱਗਦਾ ਹੈ ਗੁਰਬਾਣੀ ਕੀ ਹੈ ਬੇ ਆਫ ਲਾਈਫ ਕਿਵੇਂ ਜਿਉਣਾ ਹੈ ਜ਼ਿੰਦਗੀ ਚ ਕੀ ਕਰਨਾ ਹੈ ਕੀ ਨਹੀਂ ਕਰਨਾ ਮਾਲਕ ਨਾਲ ਕਿਵੇਂ ਜੁੜਨਾ ਹੈ ਇਹ ਸਾਰਾ ਚੱਜ ਆਪਾਂ ਗੁਰਬਾਣੀ ਤੋਂ ਸਿੱਖਣਾ ਹੈ ਗੁਰਮੇਲਾ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਦੁੱਖ ਸੋ ਗੁਰਬਾਣੀ ਨਾਲ ਜੁੜ ਕੇ ਹੀ ਸਫਲ ਜੀਵਨ ਜਿਉਂਿਆ ਜਾ ਸਕਦਾ ਹੈ ਸੋ ਇਹ ਸਰਦਾਰੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਇਹ ਸਰਦਾਰੀ ਰੁੱਲ ਜਾਂਦੀ ਹੈ ਇਸ਼ਾਰਾ ਦੇ ਦੇਮਾ ਮੰਨ ਲਓ ਕੋਈ ਨਸ਼ੇ ਕਰਦਾ ਤਾਂ ਨਸ਼ਿਆਂ ਦੇ ਵਿੱਚ ਇਹ ਸਰਦਾਰੀ ਰੁੱਲ ਜਾਂਦੀ ਹੈ ਜੇ ਕੋਈ ਇਹ ਗਲਤੀ ਕਰਦਾ ਤੇ ਗਲਤੀ ਕਰਨੀ ਛੱਡ ਦਿਓ ਨਾਲ ਨਾਲ ਇਹ ਮਨੁੱਖਾ ਦੇਹੀ ਜੋ ਇਹ ਪ੍ਰਮਾਤਮਾ ਜੀ ਦਾ ਮੰਦਰ ਵੀ ਲਿਖਿਆ ਦੂਸਰਾ ਨੁਕਤਾ ਵੀ ਨਾਲ ਹੀ ਲੈ ਚਲੀਏ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਹਰ ਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਂਦਾ ਹਰ ਮੰਦਰ ਉਸੇ ਨੂੰ ਹੀ ਆਖਿਆ ਜਾ ਸਕਦਾ ਜਿੱਥੋਂ ਪ੍ਰਮਾਤਮਾ ਜਾਣਿਆ ਜਾਂਦਾ ਹੈ ਕਿ ਪ੍ਰਮਾਤਮਾ ਸਿਰਫ ਮਨੁੱਖਾ ਦੇਹੀ ਦੇ ਅੰਦਰੋਂ ਅਨੁਭਵ ਹੁੰਦਾ ਹੈ ਪੌਸ਼ੂ ਨੂੰ ਆਪਣੇ ਅੰਦਰੋਂ ਪ੍ਰਮਾਤਮਾ ਦਾ ਅਨੁਭਵ ਨਹੀਂ ਹੋ ਸਕਦਾ ਪੰਛੀ ਨੂੰ ਆਪਣੇ ਅੰਦਰੋਂ ਪ੍ਰਮਾਤਮਾ ਦਾ ਅਨੁਭਵ ਨਹੀਂ ਹੋ ਸਕਦਾ ਸਿਰਫ ਮਨੁੱਖਾ ਦੇਹੀ ਹੀ ਕੈਸਾ ਹਰੀ ਮੰਦਰ ਹੈ ਕਿ ਪ੍ਰਮਾਤਮਾ ਦਾ ਅਨੁਭਵ ਹੋ ਸਕਦਾ ਹੈ ਮਨੁੱਖਾ ਦੇਹੀ ਤੋਂ ਬਾਹਰ ਨਾ ਕਦੇ ਕਿਸੇ ਨੂੰ ਪ੍ਰਮਾਤਮਾ ਮਿਲਿਆ ਨਾ ਮਿਲਣਾ ਇਸ ਕਰਕੇ ਗੁਰੂ ਜੀ ਫਰਮਾਨ ਕਰਦੇ ਹਨ ਹਰ ਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ ਮਾਨਸ ਦੇ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਧਰਮਾਹੀਂ ਵਿਦਾਤਾ ਮਨਮੁਖ ਹਰ ਮੰਦਰ ਕੀ ਸਾਰਨਾ ਜਾਣਨੀ ਤਿੰਨੀ ਜਨਮ ਗਵਾਤਾ ਉਹਨਾ ਮਨਮੁਖਾਂ ਨੇ ਜਨਮ ਗਵਾ ਲਿਆ ਜਿਨ੍ਹਾਂ ਨੇ ਇਹ ਨਹੀਂ ਜਾਣਿਆ ਵੀ ਇਹ ਸਰੀਰ ਹੈ ਜਿਹੜਾ ਇਹ ਸਾਰੀਆਂ ਜੁਨਾ ਦੀ ਸਰਦਾਰੀ ਹੈ ਤੇ ਇਹ ਸਰੀਰ ਪਰਮਾਤਮਾ ਜੀ ਦਾ ਮੰਦਰ ਹੈ ਇਸ ਨੂੰ ਅੱਲਾ ਦੀ ਮਸੀਤ ਵੀ ਕਹੇ ਭਾਵ ਕਿ ਸ਼ਬਦਾਂ ਵਿੱਚ ਨਹੀਂ ਉਲਝਣਾ ਹੁੰਦਾ ਭਾਵ ਨੂੰ ਸਮਝਣਾ ਹੁੰਦਾ ਹੈ ਇਸੀ ਕਰਕੇ ਲਿਖ ਦਿੱਤਾ ਦੇਹੀ ਮਹਿਜਤ ਮਨ ਮੌਲਾਣਾ ਇਹ ਦੇਹੀ ਹੀ ਅੱਲਾਹ ਦੀ ਮਸੀਤ ਹੈ ਤੂੰ ਆਪਣੇ ਮਨ ਨੂੰ ਮੌਲਵੀ ਬਣਾ ਲਾ ਮਨ ਅੱਲਾਹ ਦੀ ਨਵਾਜ਼ ਅਦਾ ਕਰੇ ਭਾਵ ਮਨ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰੇ ਸਦਕ ਕਰ ਸਜਦਾ ਸੱਚਾ ਸਜਦਾ ਕੀ ਹੈ ਮਾਲਕ ਦੀ ਹੋਂਦ ਤੇ ਭਰੋਸਾ ਕਰ ਸਦਕ ਕਹਿੰਦੇ ਆ ਭਰੋਸੇ ਨੂੰ ਇਹ ਮੇਰਾ ਮਾਲਕ ਮੇਰੇ ਕੋਲ ਹੈ ਮਾਲਕ ਦੀ ਹੋਂਦ ਤੇ ਭਰੋਸਾ ਕਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਇਹ ਤੂੰ ਆਪਣੇ ਜੀਵਨ ਦਾ ਇੱਕ ਮਕਸਦ ਬਣਾ ਲਾ ਕਿ ਮੈਂ ਮਨ ਕਰਕੇ ਪ੍ਰਮਾਤਮਾ ਨੂੰ ਹਰ ਵੇਲੇ ਹਰਥਾਂ ਆਪਣੇ ਕੋਲ ਮਹਿਸੂਸ ਕਰਨਾ ਹੈ ਇਹ ਜ਼ਿੰਦਗੀ ਦਾ ਇੱਕ ਨਿਸ਼ਾਨਾ ਬਣਾ ਲਾ ਮਕਸਦ ਪਰਪਜ ਉਦੇਸ਼ ਟੀਚਾ ਲਕਸ਼ ਜਿਹੇ ਤੇ ਰੁਦੇਖਾ ਤਿਹ ਤੇ ਰ ਮੌਜੂਦ ਕਿਤੇ ਗੁਰਬਾਣੀ ਵਿੱਚ ਲਿਖਿਆ ਇਹ ਦੇਹੀ ਹੀ ਪ੍ਰਮਾਤਮਾ ਜੀ ਦਾ ਡੇਰਾ ਹੈ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਤਹ ਜਾਣ ਇਸ਼ਾਰਾ ਦੇ ਤਾਂ ਭਾਈ ਇਹ ਨਹੀਂ ਡੇਰਾ ਆ ਬਾਹਰ ਬਾਹਰ ਬਹੁਤ ਇਟਾਂ ਦੀਆਂ ਚਾਰ ਦੀਵਾਰੀਆਂ ਨਹੀਂ ਇਹ ਡੇਰਾ ਨਹੀਂ ਡੇਰਾ ਤਾਂ ਆ ਤੇਰਾ ਸਰੀਰ ਹੈ ਇਹ ਡੇਰਾ ਨਹੀਂ ਇਹ ਤਾਂ ਲੈਂਡ ਮਾਫੀਆ ਵੀ ਹੋ ਸਕਦਾ ਹੈ ਧਰਮ ਦੇ ਨਾਂ ਤੇ ਬੜੇ ਬੜੇ ਜ਼ਮੀਨਾਂ ਤੇ ਕਬਜ਼ੇ ਕਰ ਲਈ ਜਾਂਦੇ ਆ ਆ ਪਿੱਛੇ ਤੁਹਾਨੂੰ ਪਤਾ ਆਸਰਾਮ ਇੱਕ ਲੈਂਡ ਮਾਫੀਆ ਪકડਿਆ ਹੈ ਲੈਂਡ ਮਾਫੀਆ ਤਾਂ ਬਹੁਤ ਹੈ ਤੁਹਾਨੂੰ ਪਤਾ ਹੈ ਖਾਸ ਕਰ ਭਾਰਤ ਦੀ ਧਰਤੀ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਧਰਤੀ ਤੇ ਬਾਗਲ ਮਾਰਨ ਵਾਲੇ ਬਹੁਤ ਨੇ ਜਮੀਨਾਂ ਰੋਪਣ ਦੱਬਣ ਵਾਲੇ ਬਹੁਤ ਨੇ ਇਹ ਡੇਰਾ ਨਹੀਂ ਗੁਰੂ ਜੀ ਕਹਿੰਦੇ ਤੇਰੀ ਦੇਹੀ ਹੀ ਪ੍ਰਮਾਤਮਾ ਦਾ ਡੇਰਾ ਹੈ ਡੱਡਾ ਡੇਰਾ ਇਹ ਨਹੀਂ ਇਸ਼ਾਰਾ ਦਿੱਤਾ ਵੀ ਇਹ ਨਹੀਂ ਆ ਡੇਰਾ ਤੇਰਾ ਤੇਰੀ ਦੇਹੀ ਆਪਣੇ ਸਰੀਰ ਰੂਪੀ ਡੇਰੇ ਦੇ ਵਿੱਚ ਜਾਣਾ ਸਿੱਖ ਡਾ ਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਉਹ ਆ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਨ ਗੁਰ ਸ਼ਬਦ ਨਾਲ ਜੁੜ ਕੇ ਆਪਣੇ ਸਰੀਰੂਪੀ ਡੇਰੇ ਦੇ ਵਿੱਚੋਂ ਆਪੇ ਦੀ ਪਛਾਣ ਦੁਆਰਾ ਮਾਲਕ ਦੀ ਪਛਾਣ ਕਰ ਕਾਹੇ ਰੇ ਬਣ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ ਪੋਹ ਪਾ ਮਾਤ ਜਿਉ ਵਾਸ ਵਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਹੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨਾ ਭ੍ਰਮ ਕੀ ਕਾਈ ਢੱਡਾ ਢੂੰਡਤ ਕਹੇ ਫਿਰੋਂ ਢੂੰਡਣ ਇਆ ਮਨ ਮਾਹੀ ਸੰਗ ਤੁਹਾਰਾ ਪ੍ਰਭ ਵਸੈ ਬਣ ਬਣ ਕਹਾ ਫਿਰਾਹੀ ਬਿਨ ਕਾਇਆ ਜੀ ਹੋਰਥ ਹੈ ਤਨ ਖੋਜ ਦੇ ਸੇ ਮੂੜ ਬੇਤਾਲੇ ਸੇ ਉੱਜੜ ਧਰਮ ਪਵਾਈਆਂ ਜੋ ਝਾੜ ਮਿਰਗ ਪਾਲੇ ਗੁਰੂ ਜੀ ਕਹਿੰਦੇ ਸਰੀਰ ਤੋਂ ਬਾਹਰ ਪਰਮਾਤਮਾ ਨੂੰ ਲੱਭਦੇ ਹੈ ਬਿਨ ਕਾਇਆ ਜੇ ਹੋਰ ਥੈ ਤਨ ਖੋਜਦੇ ਹੋਰ ਥੈ ਦਾ ਭਾਵ ਹੋਰ ਥਾਂ ਤੇ ਧਨ ਦਾ ਅਰਥ ਇੱਥੇ ਸਵਾਮੀ ਮਾਲਕ ਤਾਂ ਦੰਨ ਨੇ ਨੂੰ ਆਪੜ ਕਈ ਥਾਂਾਂ ਤੇ ਗਰਵਾਣੀ ਵਿੱਚ ਇੱਥੇ ਨੰਨਾ ਮੁਕਤਾ ਧਨ ਲਖਜ ਜੀਵਾਤਮਾ ਰੂਪੀ ਇਸਤਰੀ ਦੇ ਅਰਥਾਂ ਚ ਆਇਆ ਕਈ ਥਾਂਾਂ ਤੇ ਧਨ ਲਖਜ ਮਣੀ ਦੇ ਅਰਥਾਂ ਵਿੱਚ ਆਇਆ ਪੈਸੇ ਦੇ ਅਰਥਾਂ ਵਿੱਚ ਜਿਵੇਂ ਧਨ ਜੋਬਨ ਆਰ ਫੋਲੜਾ 나ਠੀ ਅੜੇ ਦਿਨ ਚਾਰ ਭਾਵ ਦੱਸਣ ਦਾ ਇਹ ਹੈ ਕਿ ਇੱਕ ਲਖਜ ਦੇ ਕਿੰਨੇ ਹੀ ਅਰਥ ਹੁੰਦੇ ਨੇ ਪਰਕਰਨ ਦੇ ਮੁਤਾਬਕ ਇੱਕ ਅਰਥ ਹੁੰਦਾ ਹੈ ਸੋ ਇਥੇ ਪ੍ਰਕਰਨ ਦੇ ਮੁਤਾਬਕ ਧਨ ਲਖ ਦਾ ਅਰਥ ਹੈ ਸਵਾਮੀ ਮਾਲਕ ਬਿਨ ਕਾਇਆ ਜੇ ਹੋਰਥ ਹੈ ਧਨ ਖੋਜਦੇ ਜਿਹੜੇ ਸਰੀਰ ਤੋਂ ਬਿਨਾ ਹੋਰਥਾਂ ਤੇ ਮਾਲਕ ਨੂੰ ਖੋਜਦੇ ਐ ਸੇ ਮੂੜ ਬੇਤਾਲੇ ਦੇਖੋ ਗੁਰੂ ਪਿਤਾ ਜੀ ਨੇ ਸਖਤ ਤਾਣੜਨਾ ਕੀਤੀ ਹੈ ਉਹ ਮੂਰਖ ਹੈ ਉਹ ਭੂਤ ਨੇ ਐ ਸੇ ਮੂੜ ਵੀ ਤਾਲੇ ਸੇ ਉਜੜ ਭਰਮ ਭਵਾਈਆਂ ਜੋ ਝਾੜ ਮਿਰਗ ਭਾਲੇ ਉਹ ਇਦਾਂ ਹੀ ਉਜਾੜਾਂ ਦੇ ਵਿੱਚ ਟੱਕਰਾ ਮਾਰਦੇ ਐ ਜਿਵੇਂ ਮਿਰਗ ਝਾੜਾਂ ਦੇ ਵਿੱਚੋਂ ਪਸਤੂਰੀ ਲੱਭਦਾ ਕਿਤੇ ਗੁਰਬਾਣੀ ਵਿੱਚ ਬਚਨ ਆਉਂਦਾ ਸਭ ਕਿਛ ਧਰਮ ਐ ਬਾਹਰ ਨਾਹੀ ਬਾਹਰ ਟੋਲੇ ਸੋ ਧਰਮ ਪਲਾਹੀ ਗੁਰ ਪ੍ਰਸਾਦ ਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋ ਹੈਲਾ ਜੀਓ ਚਲੋ ਇਹਨੇ ਪ੍ਰਮਣ ਕਾਫੀ ਹੈ ਗੱਲ ਕੀ ਸ਼ੁਰੂ ਹੋਈ ਐ ਮਨੁੱਖਾ ਜਨਮ ਸਰਦਾਰੀ ਹੈ ਤੇ ਮਨੁੱਖਾ ਦੇਹੀ ਹੀ ਪ੍ਰਮਾਤਮਾ ਦਾ ਮੰਦਰ ਹੈ ਇਹੀ ਅੱਲਾ ਦੀ ਮਸੀਤ ਹੈ ਇਹੀ ਪ੍ਰਮਾਤਮਾ ਦਾ ਡੇਰਾ ਹੈ ਜਦੋਂ ਅਸੀਂ ਗੁਰਬਾਣੀ ਦੇ ਸੱਚ ਨਾਲ ਜੁੜਦੇ ਹਾਂ ਗੁਰਬਾਣੀ ਦੇ ਗਿਆਨ ਰਾਹੀਂ ਆਪਣੇ ਅੰਦਰ ਗਿਆਨ ਦਾ ਦੀਵਾ ਬਾਲ ਲੈਂਦੇ ਹਾਂ ਇਹ ਦੇਹੀ ਹੀ ਦੇਵਤੇ ਦਾ ਮੰਦਰ ਵੀ ਬਣ ਜਾਂਦਾ ਹੈ ਗੁਰਬਾਣੀ ਵਿੱਚ ਵਚਨ ਆਉਂਦਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਦੋਂ ਸਤਗੁਰ ਸ਼ਬਦ ਉਜਾਰੋ ਦੀਪਾ ਸਤਗੁਰ ਦੇ ਸ਼ਬਦ ਰਾਹੀਂ ਸ਼ਬਦ ਦਾ ਦੇਨੁ ਹਿਸ਼ਾਰੀ ਹੈ ਸ਼ਬਦ ਦੁਆਰਾ ਸਤਗੁਰ ਦੇ ਸ਼ਬਦ ਦੁਆਰਾ ਸੱਚੇ ਗਿਆਨ ਰਾਹੀ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ ਸਤਗੁਰ ਸ਼ਬਦ ਉਜਾਰੋ ਦੀਪਾ ਵਿਣਸਿਓ ਅੰਧਕਾਰ ਤੇ ਹਿ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਫਿਰ ਇਹ ਸਰੀਰੂਪੀ ਮੰਦਰ ਵਿੱਚੋਂ ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਂਦਾ ਹੈ ਰਤਨ ਕੋਠੜੀ ਖੁੱਲ ਜਾਂਦੀ ਹੈ ਭਾਵ ਆਪੇ ਦਾ ਪ੍ਰਕਾਸ਼ ਹੋ ਜਾਂਦਾ ਹੈ ਇਥੇ ਵਿੱਚੋਂ ਇਸ਼ਾਰਾ ਲੈ ਲਓ ਭਾਵੇਂ ਆਪਣਾ ਵਿਸ਼ਾ ਹੈ ਮਾਨਸ ਜਨਮ ਤਾਂ ਤੇ ਦੇਖੋ ਆਪਣੇ ਅੰਦਰ ਗਿਆਨ ਦਾ ਦੀਵਾ ਬਾਲਣਾ ਹੈ ਮਨੁੱਖਾ ਦੇਹੀ ਮਿਲ ਗਈ ਗਿਆਨ ਦਾ ਦੀਵਾ ਆਪਣੇ ਅੰਦਰ ਬਾਲੋ ਪਰ ਅੱਜ ਕੀ ਹੋਇਆ ਅੱਜ ਅਸੀਂ ਸਿਰਫ ਘਿਓ ਤੇਲ ਫੂਕਣ ਨੂੰ ਹੀ ਧਰਮ ਸਮਝ ਲਿਆ ਧਰਮ ਦੇ ਨਾਂ ਤੇ ਮਣਾਮੋਹੀ ਕੀ ਤੇਲ ਫੂਕਿਆ ਜਾ ਰਿਹਾ ਹੈ ਮਣਾਮੋਹੀ ਇਹ ਰੂੰ ਦੀ ਬੱਤੀ ਵੱਟ ਕੇ ਘਿਓ ਤੇਲ ਫੂਕਣਾ ਬੜਾ ਸੌਖਾ ਹੈ ਅਸੀਂ ਵੀ ਫੂਕੀ ਜਾਂਦੇ ਹਾਂ ਹਾਂ ਇਹ ਲੱਗ ਗੱਲ ਹੈ ਵੀ ਕਿਸੇ ਸਮੇਂ ਦੀਵੇ ਬਾਲ ਕੇ ਚਾਨਣ ਕਰਨਾ ਸਾਧਨ ਸੀ ਇਹ 'ਚ ਕੋਈ ਸ਼ੱਕ ਨਹੀਂ ਪਿਛਲੇ ਸਮਿਆਂ ਦੇ ਵਿੱਚ ਦੀਵੇ ਬਾਲ ਕੇ ਹੀ ਚਾਨਣ ਕੀਤਾ ਜਾਂਦਾ ਸੀ ਗੁਰਦੁਆਰਬ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਦੇਸੀ ਘਿਓ ਦੇ ਦੀਵੇ ਬਾਲ ਕੇ ਚਾਨਣ ਕੀਤਾ ਜਾਂਦਾ ਸੀ ਕਿਉਂਕਿ ਦਾ ਧੂਆ ਨਹੀਂ ਹੁੰਦਾ ਪਰ ਦੀਵੇ ਬਾਲਣ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਚਾਨਣ ਦਾ ਸਾਧਨ ਸੀ ਭਾਵੇਂ ਅੱਜ ਤਾਂ ਹੋਰ ਸਾਧਨ ਹੈ ਅੱਜ ਕੀ ਹੋਇਆ ਅਸੀਂ ਰੂੰ ਦੀ ਵੱਤੀ ਵਟ ਕੇ ਘੀਂ ਫੂਕਣ ਨੂੰ ਧਰਮ ਸਮਝ ਲਿਆ ਤੇ ਗਿਆਨ ਦੇ ਦੀਵੇ ਸਾਡੇ ਗੁੱਲ ਹੋਏ ਪਏ ਐ ਹੁਣ ਗੁਰੂ ਜੀ ਕਹਿੰਦੇ ਨੇ ਗਿਆਨ ਦਾ ਦੀਵਾ ਬਾਲੋ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ ਹੁਣ ਖਿਆਲ ਕਰਿਓ ਬੰਦੀ ਛੋੜ ਦਿਵਸ ਉਸ ਦਿਨ ਬਾਅਦ ਤੋਂ ਬਾਅਦ ਬਾਣੀ ਦੀ ਵਿਚਾਰ ਕਰਿਓ ਤੇ ਆਪਣੇ ਅੰਦਰ ਗਿਆਨ ਦੇ ਦੀਵੇ ਵਾਲਿਓ ਤਾਂ ਕਿ ਸਾਡੇ ਗੁਰੂ ਦੇ ਪੱਲੇ ਲੰਘ ਕੇ ਬੰਧਨ ਕੱਟੇ ਜਾਣ ਕਿਤੇ ਉਹੀ ਨਾ ਹੋਵੇ ਦੁਨੀਆ ਦੇ ਲੋਕਾਂ ਵਾਂਗੂ ਸਿੱਖ ਵੀ ਵੀ ਕਿਓ ਦੇ ਦੀਵੇ ਬਾਲ ਲੈ ਕੇ ਓ ਫੂਕ ਲਿਆ ਤੇਲ ਫੂਕ ਲਿਆ ਪਟਾਕੇ ਚਲਾ ਲੇ ਨਾ ਪਟਾਕੇ ਚਲਾਉਣ ਦਾ ਅਰਥ ਚਲੋ ਇੱਥੇ ਭਾਵੇਂ ਪਾਵਨ ਦੀਨਾਂ ਦੇ ਦਸਾਂ ਚ ਪਟਾਕੇ ਚਲਾਉਣ ਦਾ ਅਰਥ ਹੁੰਦਾ ਹੈ ਰਪਈਆਂ ਨੂੰ ਅੱਗ ਲਾ ਕੇ ਹਵਾ ਗੰਦੀ ਕਰਨੀ ਦੋ ਵਗਿਆ ਹੋ ਗਿਆ ਨਾ ਇਕ ਤਰਪਈਆਂ ਨੂੰ ਅੱਗ ਲਾਉਣੀ ਇੱਕ ਪ੍ਰਦੂਸ਼ਣ ਕਰਨਾ ਇਹ ਸਿਆਣਪ ਨਹੀਂ ਐਵੇਂ ਕਿ ਹੋ ਤੇਲ ਫੂਕਣਾ ਇਹ ਕੋਈ ਸਿਆਣਪ ਨਹੀਂ ਦੀਵਾ ਜਰੂਰ ਬਾਲੋ ਗਿਆਨ ਦਾ ਦੀਵਾ ਬਾਲੋ ਵਿੱਚੋਂ ਇਸ਼ਾਰਾ ਦੇਦਾ ਵਿੱਚੋਂ ਕਿਉਂਕਿ ਵਿੱਚੋਂ ਹੀ ਪ੍ਰਕਰਨ ਆ ਗਿਆ ਦੇਖੋ ਆਪਾਂ ਇਹ ਇਤਿਹਾਸ ਸੁਣਦੇ ਹਾਂ 2052 ਪਹਾੜੀ ਹਿੰਦੂ ਰਾਜਾ ਨੇ ਛੇਵੇਂ ਪਾਤਸ਼ਾਹ ਦਾ ਪੱਲਾ ਫੜ ਲਿਆ ਉਹ ਕੈਦ ਵਿੱਚੋਂ ਆਜ਼ਾਦ ਹੋ ਗਏ ਯਾਦ ਰੱਖਿਓ ਪੱਲਾ ਫੜਨ ਦਾ ਅਰਥ ਕੀ ਹੁੰਦਾ ਹੈ ਪਿੱਛੇ ਲੱਗਣਾ ਪਿੱਛੇ ਲੱਗਣਾ ਤਾਂ ਤੇ ਹੁਣ ਆਪਾਂ ਇੱਥੋਂ ਨਿਗਾਹ ਮਾਰੋ ਕਿਉਂਕਿ ਇਤਿਹਾਸ ਤੋਂ ਵੀ ਸਿੱਖਿਆ ਲੈ ਕੇ ਆਪਣੀ ਸਥਿਤੀ ਨੂੰ ਅਸੀਂ ਵੇਖਣਾ ਹੁੰਦਾ ਹੁਣ ਇਹ ਤਾਂ ਅਸੀਂ ਸੁਣਾਈ ਜਾਂਦੇ ਹਾਂ ਲੋਕਾਂ ਨੂੰ ਵੀ 52 ਪਹਾੜੀ ਰਾਜਿਆਂ ਨੇ ਪੱਲਾ ਫੜ ਲਿਆ ਛੀਮੇ ਪਾਤਸ਼ਾਹ ਜੀ ਦਾ ਉਹ ਕੈਦ ਦੇ ਵਿੱਚੋਂ ਆਜ਼ਾਦ ਹੋ ਗਏ ਪੱਲਾ ਫੜਨ ਦਾ ਸਿੱਪਿਛੇ ਲੱਗਣਾ ਤੇ ਆਪਣੇ ਅੰਦਰ ਨਿਗਾ ਮਾਰੀ ਆਪਾਂ ਕਦੇ ਸਾਰਿਆਂ ਨੇ ਆਪਾਂ ਵੀ ਕਿਤੇ ਅਸੀਂ ਗੁਰੂ ਦਾ ਪੱਲਾ ਛੱਡੀ ਤਾਂ ਨਹੀਂ ਫਿਰਦੇ ਗੁਰੂ ਤਾਂ ਸਦਾ ਹੀ ਬੰਦੀ ਛੋੜ ਐ ਅੱਜ ਪੱਲਾ ਫੜ ਲੋ ਗੁਰੂ ਅੱਜ ਸਾਰੇ ਬੰਦਨਾ ਤੋਂ ਆਜ਼ਾਦ ਕਰ ਦੋ ਅਸੀਂ ਸਿੱਖ ਕਾ ਹੋਣ ਵਾਲੇ ਅੱਜ ਬੰਦਰਾਂ ਚ ਪਏ ਫਿਰਦੇ ਆਂ ਬਹਿਮਾ ਭਰਮਾਂ ਦੇ ਨਸ਼ੇ ਵਿਸ਼ਿਆਂ ਦੇ ਗਲਤ ਖਿਆਲਾਂ ਦੇ ਬੰਦਰਾਂ ਚ ਪਾਈ ਫਿਰਦੇ ਹਾਂ ਅਸੀਂ ਅੱਜ ਬਹੁਤਿਆਂ ਨੇ ਕਹਿ ਲੋ ਅੱਜ ਪੱਲਾ ਛੜਤਾ ਪੱਲਾ ਲੱਗਣ ਫੜਨ ਦਾ ਅਰਥ ਹੁੰਦਾ ਪਿੱਛੇ ਲੱਗਣਾ ਲਿਖਿਆ ਨਾ ਬਾਣੀ ਚ ਹਮ ਅੰਦਲੇ ਅੰਦ ਵਿਖੇ ਬਿਖਰਾਤੇ ਕਿਉਂ ਚੱਲ ਹਾਂ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਕਿਵੇਂ ਪੱਲੇ ਕਿਵੇਂ ਪੱਲੇ ਲੱਗਣ ਤਾਂ ਸਗਰੀ ਪੰਕਤੀ ਪੜ੍ਹ ਲਓ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਸਿੱਧ ਹੋਇਆ ਜੀ ਪੱਲੇ ਲੱਗਣ ਦਾ ਅਰਥ ਹੁੰਦਾ ਹੈ ਗੁਰੂ ਦੇ ਦੱਸੇ ਮਾਰਗ ਤੇ ਚੱਲੀਏ ਅਜਾਪਾਂ ਵੀ ਭਾਈ ਗੁਰਬਾਣੀ ਗੁਰੂ ਦਾ ਪੱਲਾ ਫੜ ਕੇ ਰੱਖੋ ਆਪਣੇ ਅੰਦਰ ਨਿਗਾਹ ਮਾਰੋ ਕਿਤੇ ਅਸੀਂ ਪੱਲਾ ਛੱਡ ਤਾਂ ਨਹੀਂ ਦਿੱਤਾ ਕਿਤੇ ਅਸੀਂ ਨਕਲੀ ਬਾਬਿਆਂ ਦੇ ਪੱਲੇ ਤਾਂ ਨਹੀਂ ਫੜ ਲਏ ਕਿਤੇ ਚੇਲਿਆਂ ਦੇ ਪੱਲੇ ਤਾਂ ਨਹੀਂ ਫੜ ਲਏ ਕਿਤੇ ਜੋਤਸੀ ਦਾ ਪੱਲਾ ਤਾਂ ਨਹੀਂ ਫੜ ਲਿਆ ਕਿਤੇ ਕਿਸੇ ਵਾਸਤੂ ਸ਼ਾਸਤਰ ਵਾਲੇ ਦਾ ਪੱਲਾ ਤਾਂ ਨਹੀਂ ਫੜ ਲਿਆ ਪੱਲਾ ਫੜਨ ਦਾ ਹੱਥ ਪਿੱਛੇ ਲੱਗਣਾ ਹਾਂ ਤੇ ਸਾਡੇ ਵਿੱਚੋਂ ਕਾਫੀ ਸਾਰੇ ਨਹੀਂ ਕਹਿੰਦਾ ਬਹੁਤ ਸਾਰੇ ਇਹੋ ਜਿਹੇ ਸਿੱਖ ਹੈ ਜਿਹੜੇ ਗੁਰਬਾਣੀ ਦਾ ਪੱਲਾ ਛੱਡ ਕੇ ਜੋਤਸ ਸਿੰਘਾਂ ਦੇ ਬਾਬਿਆਂ ਦੇ ਪਖੰਡੀਆਂ ਦੇ ਪੱਲੇ ਫੜ ਲਏ ਭਾਵ ਉਹਨਾਂ ਦੇ ਪਿੱਛੇ ਲੱਗ ਗਏ ਉਹਨਾਂ ਦੀ ਗੱਲ ਨੂੰ ਮੰਨਣ ਲੱਗ ਪਏ ਤੇ ਸਿੱਖ ਕੌਣ ਹੈ ਸਿੱਖ ਜਿਹੜਾ ਕਿ ਆਪ ਛੱਡ ਸਦਾ ਰਹੇ ਪਰਨਾ ਗੁਰਵਿੰ ਅਵਰਨਾ ਜਾਣੇ ਕੋਈ ਕਾਹੇ ਨਾਨਕ ਸੁਣੋ ਹੋ ਸੰਤ ਹੋ ਸੋ ਸਿੱਖ ਸਾਨੂੰ ਖੋਈ ਆਪਣੀ ਮਨਮਰਜ਼ੀ ਛੱਡ ਦੇਵੇ ਆਪਣਾ ਪਗੁਰੂ ਨੂੰ ਸੌਂਪ ਦੇਵੇ ਸਦਾ ਹੀ ਗੁਰਬਾਣੀ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲਵੇ ਸਦਾ ਰਹੇ ਪਰ ਨਾ ਗੁਰ ਬਿਨਾ ਵਰ ਨਾ ਜਾਣੇ ਕੋਈ ਗੁਰ ਤੋਂ ਬਿਨਾ ਗੁਰਬਾਣੀ ਸੱਚੇ ਗਿਆਨ ਤੋਂ ਬਿਨਾ ਕਿਸੇ ਦੀ ਗੱਲ ਨਾ ਮੰਨੇ ਕਾਹ ਹੈ ਨਾਨਕ ਸੁਣ ਹੋ ਸੰਤ ਹੋ ਗੁਰੂ ਨਾਨਕ ਬਾਬਾ ਜੀ ਤੀਜੇ ਸਰੂਪ ਚ ਕਹਿ ਰਹੇ ਆ ਸਤ ਸੰਗੀਓ ਸੁਣੋ ਸੁਣ ਹੋ ਸੰਤ ਹੋ ਸੰਤ ਸੰਤ ਬਹੁ ਵਚਨ ਵਿੱਚ ਸਤ ਸੰਗੀ ਵਾਸਤੇ ਆਉਂਦਾ ਸਾਰੀ ਜੋ ਸੰਗਤ ਹੈ ਕਲੈਕਟਿਵ ਪਰਸਨੈਲਿਟੀ ਸਮੁੱਚੀ ਸੰਗਤ ਨੂੰ ਕੀ ਕਿਹਾ ਜਾਂਦਾ ਕਾਹੇ ਨਾਨਕ ਸੁਣੋ ਸੰਤ ਹੋ ਸਤ ਸੰਗੀਓ ਸੁਣੋ ਸੋ ਸਿੱਖ ਸਨਮਖੋਈ ਤਾਂ ਤੇ ਅਸੀਂ ਗੁਰੂ ਦਾ ਪੱਲਾ ਫੜ ਕੇ ਰੱਖੀਏ ਹੋਰ ਕਿਸੇ ਦੀ ਗੱਲ ਨਾ ਮੰਨੀਏ ਹੁੰਦੜ ਕਰ ਲੋ ਅੱਜ ਤੇ ਬੰਦੀ ਛੋੜਦੇ ਹੋ ਛਾਲੇ ਦਿਨ ਵੀ ਤੁਸੀਂ ਇਹ ਪ੍ਰਣ ਕਰਿਓ ਇਹਨੂੰ ਗੁਰਮਤ ਰੰਗ ਦੇ ਵਿੱਚ ਮਣਾਉਣਾ ਹੈ ਉਹੀ ਜਾਨੀ ਕਿ ਬ੍ਰਾਹਮਣੀ ਰੰਗ ਵਿੱਚ ਨਹੀਂ ਗੁਰੂ ਕਿਰਪਾ ਕਰੇ ਕਿਸੇ ਦਿਨੇ ਬੰਦੀ ਛੋੜ ਦੀਵਾਲੀ ਤੋਂ ਵੱਖਰਾ ਹੋ ਜਾਵੇ ਅਸੀਂ ਇੱਕ ਫਿਕਸ ਕਰ ਲਈਏ ਤਰੀਖ ਤਾਂ ਇਹ ਆਪਣੇ ਆਪ ਹੀ ਦਿਵਾਲੀ ਤੋਂ ਨਿਕਲ ਜਾਣਾ ਹੈ ਕਿਉਂ ਦਿਵਾਲੀ ਦਾ ਸਬੰਧ ਤਾਂ ਫਿਰ ਜਾਨੀ ਕਿ ਮੱਸਿਆ ਦੀ ਕਾਲੀ ਰਾਤ ਦੇ ਨਾਲ ਹੈ ਨਾ ਚਲੋ ਇੱਕ ਬਖਰਾ ਵਿਸ਼ਾ ਚਲੋ ਜਿੰਨੀ ਦੇਰ ਤੱਕ ਨੂੰ ਰਲਗੱਡ ਕੀਤਾ ਹੋਇਆ ਦਿਵਾਲੀ ਦੇ ਨਾਲ ਬੰਦੀ ਛੋੜ ਦੇ ਉਸ ਨੂੰ ਚਲੋ ਓਨੀ ਦੇਰ ਆਪਾਂ ਸਮਝ ਲਓ ਵੀ ਇਹਨੂੰ ਆਪਾਂ ਗੁਰਮੱਤ ਰੰਗ ਦੇ ਵਿੱਚ ਮਨਾਉਣਾ ਚਾਲੇ ਹਾਂ ਸਮਝ ਲਓ ਗੁਰਮੱਤ ਰੰਗ ਦੇ ਵਿੱਚ ਤੇ ਐਤ ਕੀ ਵਾਰੀ ਤਾਂ ਆਪਾਂ ਖਾਸ ਕਰਕੇ ਮਠਿਆਈਆਂ ਆਦਤੋਂ ਵੀ ਸੰਕੋਚ ਕਰੀਏ ਕਿਉਂਕਿ ਤੈਨਾਂ ਨਵੰਬਰ ਤੁਹਾਨੂੰ ਪਤਾ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਇੱਕ ਤੋਂ ਲੈ ਕੇ ਤੈਨਾਂ ਤੱਕ ਕਿਸੇ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਵੇ ਤਾਂ ਤੇ ਉਹਨੂੰ ਉਹਨਾਂ ਨੂੰ ਪੁੱਛੀਦਾ ਵੀ ਭਾਈ ਤੁਸੀਂ ਇਤਕੀ ਕੁਛ ਕੀਤਾ ਨਹੀਂ ਕੋਈ ਦੀਪਮਾਲਾ ਹੋਰ ਕਹਿੰਦੇ ਤੁਹਾਨੂੰ ਪਤਾ ਨਹੀਂ ਸਾਡੇ ਪਰਿਵਾਰਕ ਮੈਂਬਰ ਦੀ ਇਤਕੀ ਮੌਤ ਹੋਈ ਤੇ ਇਸ ਦੀਵਾਲੀ ਨਹੀਂ ਅਸੀਂ ਮਨਾਉਂਦੇ ਇਤਕੀ ਮਠਿਆਈ ਨਹੀਂ ਲੈਂਦੇ ਦਿੰਦੇ ਅਸੀਂ ਕਹਨੇ ਆ ਨਾ ਤੇ ਪਤਾ ਨਹੀਂ ਸਾਡੇ ਕਿੰਨੇ ਸਿੱਖ ਭੈਣ ਭਰਾ ਕਿੰਨੀਆਂ ਸਾਡੀਆਂ ਮਾਵਾ ਭੈਣਾ ਕਿੰਨੇ ਕਤਲ ਹੋਏ ਟਾਇਰਾਂ ਗਲਾਂ ਚ ਪਾ ਪਾ ਕੇ ਅੱਗਾਂ ਲਾ ਦਿੱਤੀਆਂ ਗਈਆਂ ਕਿੰਨੀਆਂ ਧੀਆਂ ਭੈਣਾਂ ਦੇ ਬਲਾਤਕਾਰ ਹੋਏ ਘਰ ਘਾਟ ਸਾੜ ਦਿੱਤੇ ਗਏ ਕਾਰੋਬਾਰਾਂ ਨੂੰ ਫੈਕਟਰੀਆਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਤੇ ਸੋਚੋ ਫਿਰ ਅਸੀਂ ਹੁਣ ਮਠਿਆਈਆਂ ਦਾ ਲੈਣ ਦੇਣ ਕਰਾਂਗੇ ਕੀ ਸਾਡੇ ਵਿੱਚ ਕੌਮੀ ਪਿਆਰ ਖਤਮ ਹੋ ਗਿਆ ਜੇ ਸਾਡਾ ਨਿੱਜੀ ਤੌਰ ਤੇ ਸਾਡਾ ਪਰਿਵਾਰਕ ਮੈਂਬਰ ਕੋਈ ਚੜ੍ਹਾਈ ਕਰ ਜੇ ਅਸੀਂ ਦੀਵਾਲੀ ਨਹੀਂ ਹੈ ਤਾਂ ਕੀ ਬਣਾਉਂਦੇ ਆਮ ਤੌਰ ਤੇ ਦੀਵਾਲੀ ਕਹਿੰਦਾ ਸਿੱਖ ਬੰਦੀ ਛੋੜ ਦਿਵਸ ਤਾਂ ਕੋਈ ਕੋਈ ਜਵਾਨ ਕਹਿੰਦੀ ਹੈ ਕਿਉਂਕਿ ਰਲਗੱਡਾ ਹੈ ਨਾ ਇਹ ਜਦੋਂ ਵੱਖਰਾ ਹੋਊਗਾ ਇਹ ਦਿਨ ਫਿਰ ਕਿਤੇ ਬੰਦੀ ਛੋੜ ਦਿਵਸ ਲੋਕਾਂ ਦੇ ਮਨਾਂ 'ਚ ਬਸਣਾ ਨਹੀਂ ਹਲੇ ਤੱਕ ਤਾਂ ਬੰਦੀ ਛੋੜ ਤਾਂ ਵਹਾਨ ਨਹੀਂ ਹੈ ਮਨਾਉਂਦੇ ਦੀਵਾਲੀ ਹੋਈ ਹੈ ਬੋਲੋ ਸਤਨਾਮ ਹਾਂਜੀ ਸਿੱਧੀ ਜੀ ਗੱਲ ਹੈ ਸਪਸ਼ਟ ਜੀ ਗੱਲ ਹੈ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੀਏ ਚਲੋ ਤੁਸੀਂ ਇਹਨੂੰ ਗੁਰਮਤਤ ਰੰਗ ਵਿੱਚ ਰੰਗ ਲਓ ਆਪਾਂ ਕਹਿੰਨੇ ਚਲੋ ਜੇ ਕੋਈ ਕਿਸੇ ਦਿਨ ਦੀ ਮਾਨਸਿਕਤਾ ਬਣ ਚੁੱਕੀ ਹੈ ਸਾਡੇ ਮਨਾਂ ਵਿੱਚ ਕੋਈ ਗੱਲ ਘਰ ਕਰ ਚੁੱਕੀ ਹੈ ਤਾਂ ਉਹਨੂੰ ਗੁਰਮਤ ਰੰਗ ਦੇ ਲੋ ਗੁਰਮਤ ਰੰਗ ਦੇ ਲੋ ਉਸ ਦਿਨ ਗੁਰੂ ਘਰਾਂ ਦੇ ਵਿੱਚ ਆ ਕੇ ਨਾ ਵੱਧ ਤੋਂ ਵੱਧ ਸ਼ਬਦ ਦੀ ਵਿਚਾਰ ਕਰੋ ਆਮ ਦਿਨਾਂ ਨੂੰ ਵੀ ਵੱਧ ਵਿਚਾਰ ਕਰੋ ਗੁਰੂ ਦੇ ਸ਼ਬਦ ਰਾਹੀਂ ਗਿਆਨ ਦੇ ਦੀਵੇ ਆਪਣੇ ਅੰਦਰ ਬਾਲੋ ਵੀ ਭਾਈ ਗਿਆਨ ਦੇ ਦੀਵੇ ਬਾਲਣੇ ਆਸੀਂ ਗਿਆਨ ਦੇ ਦੀਵੇ ਤੇ ਇੱਕ ਗੱਲ ਹੋਰ ਕਹਿ ਦੇਵਾਂ ਗੁਰਬਾਣੀ ਦੇ ਵਿੱਚ ਇਹ ਬਾਰ-ਬਾਰ ਇਹ ਦੀਵਾ ਬਾਲਣ ਦੀ ਗੱਲ ਕੀਤੀ ਗਈ ਹੈ ਜਿਵੇਂ ਪੋਥੀ ਪ੍ਰਾਨ ਕਮਾਈ ਹੈ ਭਉ ਵੱਟੀ ਤਨ ਪਾਈ ਹੈ ਸੱਚ ਬੂਝਣ ਆਣ ਜਲਾਈ ਹੈ ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ ਸੋ ਗੁਰਬਾਣੀ ਦੇ ਵਚਨਾਂ ਦੀ ਕਮਾਈ ਰੂਪੀ ਤੇਲ ਹੈ ਇਹ ਸਰੀਰ ਰੂਪੀ ਦੀਵਾ ਹੈ ਇਹ ਚ ਪ੍ਰਮਾਤਮਾ ਦੀ ਭਉ ਦੀ ਵੱਟੀ ਪਾਉਣੀ ਹੈ ਗੁਰਬਾਣੀ ਦੇ ਸੱਚੇ ਗਿਆਨ ਨੂੰ ਲਾਠ ਲਾਉਣੀ ਹੈ ਇਦਾਂ ਇਹ ਗਿਆਨ ਦਾ ਦੀਵਾ ਅੰਦਰ ਜਲਣਾ ਹੈ ਗਿਆਨ ਦਾ ਦੀਵਾ ਸਾਡੇ ਅੰਦਰ ਜਲਦਾ ਹੋਵੇ ਤਾਂ ਅਸੀਂ ਸਫਲ ਜੀਵਨ ਜਿਉ ਸਕਦੇ ਹਾਂ ਤੇ ਅੰਦਰ ਗਿਆਨ ਦਾ ਦੀਵਾ ਬਲਿਆ ਜਨਾਂ ਦੇ ਕਿੰਨੇ ਜਨ ਕੀ ਜ਼ੁਲਮ ਦੇ ਝਖੜ ਝੋਲੇ ਬੰਦ-ਬੰਦ ਕੱਟ ਦਿੱਤੇ ਗਏ ਖੋਪਰ ਲਾ ਦਿੱਤੇ ਗਏ ਬਾਬਾ ਬੰਦਾ ਸਿੰਘ ਬਹਾਦਰਾਂ ਗੰਗ ਕੱਟ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਖਾਂ ਕੱਢ ਦਿੱਤੀਆਂ ਗਈਆਂ ਜਮੂਰਾਂ ਦਾ ਮਾਸ ਨੋਚਿਆ ਗਿਆ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਹਾ ਲਈ ਭਾਈ ਮਾਨੀ ਸਿੰਘ ਨੇ ਬੰਦ-ਬੰਦ ਕਟਵਾ ਲਿਆ ਪਰ ਜ਼ਾਲਮ ਗਿਆਨ ਦੇ ਦੀਵੇ ਨੂੰ 부ਝਾ ਨਹੀਂ ਸਕਿਆ ਇਹ ਰੂਹ ਦੀ ਬੱਤੀ ਵੱਟ ਕੇ ਬਾਲਿਆ ਦੀਵਾ ਤਾਂ ਮਾਮੂਲੀ ਜਾਂ ਹਵਾ ਦਾ ਝੌਂਕਾ ਹੀ 부ਝਾ ਦਿੰਦਾ ਬੋਲੋ ਸਤਨਾਮ ਇਹ ਤਾਂ ਮੜ ਜਿਣੀ ਹਵਾ ਮੜੀ ਤੇਜ਼ ਹਵਾ ਚਲੀ ਦੀਵਾ ਗੁੱਲ ਪਰ ਅਸੀਂ ਉਹ ਦੀਵਾ ਜਗਾਉਣਾ ਜਿਹਨੂੰ ਕਿ ਵੱਡੇ-ਵੱਡੇ ਜ਼ੁਲਮ ਦੇ ਝੱਖੜ ਵੀ ਇਸ ਦੀਵੇ ਨੂੰ 부ਝਾ ਨਹੀਂ ਸਕਦੇ ਪੜ ਲਓ ਤੁਸੀਂ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ 1716 ਤੋਂ 1765 ਤੱਕ ਦਾ ਇਤਿਹਾਸ ਪੜ ਲਓ ਪੜ ਕੇ ਦੇਖ ਲਓ ਉਹ ਕੀ ਹੈ ਕੀ ਸੀ ਕਿ ਗਿਆਨ ਦਾ ਦੀਵਾ ਨਹੀਂ ਬੁਝਾ ਸਕਿਆ ਜ਼ਾਲਮ ਉਹ ਗਿਆਨ ਦਾ ਦੀਵਾ ਤੇ ਉਹ ਗਿਆਨ ਦੇ ਦੀਵੀ ਦੀ ਕਰਾਮਾਤ ਦੇਖੋ ਚਲ ਇਹ ਇਤਿਹਾਸ ਤੁਸੀਂ ਪੜ ਲੈਣਾ ਸਾਰਾ ਕਿਉਂਕਿ ਇੱਥੇ ਤਾਂ ਹੁਣ 10 ਅਸ਼ਾਰੀ ਦੇ ਸਕਦਾ ਹੈ ਨਾ ਉਹ ਦੀਵਾ ਬਾਲੋ ਆਪਣੇ ਅੰਦਰ ਉਹ ਕਿਹੜਾ ਦੀਵਾ ਬਲਦਾ ਹੈ ਭਾਈ ਮਾਨੀ ਸਿੰਘ ਜੀ ਜਲਾਦ ਨੂੰ ਕਹਿੰਦਾ ਉਹ ਜਲਾਦ ਦਾ ਗੁੱਟ ਤੇ ਟੱਕ ਕਾਤੇ ਮਾਰਦਾ ਹੈ ਆ ਉਂਗਲਾਂ ਦੇ ਕੋਟਿਆਂ ਤੋਂ ਲਾਗੋ ਇੱਥੋਂ ਸ਼ੁਰੂ ਕਰ ਇੱਥੋਂ ਐਨੇ ਬੰਦ ਕਾਤੇ ਛੜਦਾ ਹੈ ਉਹ ਕੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਇੱਕ ਇਸ਼ਾਰਾ ਤਾਂ ਮਿਲ ਗਿਆ ਵੀ ਉਹਨਾਂ ਨੂੰ ਸਰੀਰ ਤੋਂ ਉੱਪਰ ਦਾ ਕੋਈ ਅਕਾਇ ਅਨੰਦ ਆਇਆ ਹੈ ਸਰੀਰ ਤੋਂ ਉੱਪਰ ਦਾ ਕੋਈ ਕਹਿ ਜਿਸ ਕਰਕੇ ਉਹ ਇਹ ਸਰੀਰ ਨੂੰ ਕੁਝ ਵੀ ਨਹੀਂ ਸਮਝਦੇ ਉਹ ਕਹਿੰਦੇ ਜਲਾਦਾ ਬੰਦ-ਬੰਦ ਛੱਡ ਨਾ ਮੈਨੂੰ ਵੀ ਸੱਚ ਧਰਮ ਵਾਸਤੇ ਬੰਦ-ਬੰਦ ਘਟਾਉਣ ਦਾ ਚਾਅ ਜਿਹਦੇ ਅੰਦਰ ਗਿਆਨ ਦਾ ਦੀਵਾ ਬਲਦਾ ਉਹ ਜਲਾਦ ਨੂੰ ਤਾੜ ਕੇ ਕਹਿੰਦਾ ਉਹ ਜਲਾਦਾ ਉਂਗਲਾਂ ਦੇ ਪੋਟੇ ਤੋਂ ਅੱਗ ਗੁੱਟ ਤੇ ਟੱਕਾ ਖਾਤੇ ਮਾਰਨਾ ਸੋਚੋ ਵਿਚਾਰੋ ਉਹ ਉਹ ਦੀਵਾ ਸਾਡੇ ਅੰਦਰਲਾ ਬੁਝ ਗਿਆ ਆਪਾਂ ਸਾਰੇ ਇਸ ਕਰਕੇ ਕੋਸ਼ਿਸ਼ ਕਰ ਗਏ ਆਪਾਂ ਗੁਰ ਸ਼ਬਦ ਰਾਹੀਂ ਗਿਆਨ ਦਾ ਦੀਵਾ ਇਹ ਦੇਹੀ ਅੰਦਰ ਵਾਲੀਏ ਕਿਉਂਕਿ ਮਾਨਸ ਜਨਮ ਇਹ ਬੜਾ ਅਮੋਲਕ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ 12 ਵਾਰ ਜਿਉ ਬਣ ਫਲ ਪਾ ਕੇ ਭੋਏ ਗਿਰਹੇ ਬਹੁਰ ਨਾ ਲੱਗੇ ਦਰਦਾਰ ਇਹਦੀ ਅਮੋਲਕਤਾ ਨੂੰ ਸਮਝੋ ਨਾਲ ਕਿਉਂਕਿ ਆਪਾਂ ਮਾਨਸ ਦੇਹੀ ਤੇ ਵਿਚਾਰ ਸ਼ੁਰੂ ਕੀਤੀ ਹੈ ਵਿੱਚੋਂ ਨਾਲੇ ਦਮਜਾਂ ਵੀ ਹੋ ਗਈਆਂ ਚਲੋ ਵੀ ਦੇਹੀ ਨਾਲ ਸੰਬੰਧਤ ਗੱਲ ਹੀ ਹੋ ਗਈ ਨਾ ਵੀ ਗੁਰੂ ਗਿਆਨ ਰਾਹੀਂ ਇਸ ਦੇ ਅੰਦਰ ਗਿਆਨ ਦਾ ਦੀਵਾ ਵਾਲੋ ਨਾਲੇ ਇਸ਼ਾਰਾ ਹੋ ਗਿਆ ਬੰਦੀ ਛੋੜ ਦੇ ਉਸ ਵੱਲ ਕਿ ਵਿਸ਼ੇ ਸਾਰੀ ਕਵਰ ਹੋ ਜਾਂਦੇ ਆ ਦੀ ਇੱਕ ਕਿਰਪਾ ਕਰਕੇ ਪ੍ਰਣ ਕਰਿਓ ਉਸ ਦਿਨ ਵੀ ਪ੍ਰਣ ਕਰਿਓ ਵੀ ਅਸੀਂ ਪੱਲਾ ਗੁਰੂ ਦਾ ਫੜ ਕੇ ਰੱਖਣਾ ਹੈ ਗੁਰੂ ਦਾ ਪੱਲਾ ਫੜ ਕੇ ਰੱਖਾਂਗੇ ਕੋਈ ਦੁਨੀਆ ਦੀ ਤਾਕਤ ਸਾਨੂੰ ਬਹਿਮਾ ਭਰਮਾ ਦੇ ਨਸ਼ੇ ਵਿਸ਼ਿਆਂ ਦੇ ਗਲਤ ਖਿਆਲਾਂ ਦੇ ਬੰਧਨਾਂ ਚ ਨਹੀਂ ਪਾ ਸਕਦੀ ਗੁਰੂ ਨਾਲ ਟੁੱਟ ਕੇ ਅਸੀਂ ਬੰਧਨਾਂ ਵਿੱਚ ਪੈ ਜਾਂਦੇ ਹਾਂ ਤੇ ਗੁਰੂ ਸਦਾ ਹੀ ਬੰਦੀ ਛੋੜ ਹੈ ਇਹ ਨਹੀਂ ਕਹਣਾ ਵੀ ਬੰਦੀ ਛੋੜ ਸੀ ਨਹੀਂ ਜੀ ਗੁਰੂ ਸਮੇਂ ਸਥਾਨ ਦੀਆਂ ਹੱਦਾਂ ਤੋਂ ਪਰੇ ਹੈ ਅੱਜ ਵੀ ਗੁਰੂ ਵੰਦਨ ਕੱਟਦਾ ਹੈ ਗੁਰੂ ਸਦਾ ਹੀ ਵੰਦਨ ਕੱਟਦਾ ਹੈ ਜੋ ਜੀਨੇ ਗੁਰੂ ਦਾ ਪੱਲਾ ਫੜ ਲਿਆ ਉਹਦੇ ਬੰਧਨ ਕੱਟੇ ਗਏ ਉਹਦੇ ਬੰਧਨ ਕੱਟੇ ਗਏ ਤੇ ਅਸੀਂ ਪੱਲਾ ਹੋਰ ਕਿਸੇ ਦਾ ਨਹੀਂ ਫੜਨਾ ਡੇਰੇਦਾਰਾਂ ਦਾ ਬਾਬਿਆਂ ਦਾ ਜੋ ਤੁਸੀਂਆ ਚੇਲਿਆਂ ਦਾ ਪਹਿਲਾਂ ਗੱਲ ਹੋਗੀ ਜੇ ਫੜਿਆ ਤਾਂ ਆਪਣੇ ਮਨ ਚ ਝਾਤੀ ਮਾਰ ਲਓ ਮਾਵਾ ਭੈਣਾ ਧੀਆਂ ਵੀ ਬੀਰ ਬਜ਼ੁਰਗ ਵੀ ਜੇ ਕਿਸੇ ਹੋਰ ਦੇ ਪਿੱਛੇ ਲੱਗਦੇ ਹੋ ਫਿਰ ਤਾਂ ਡੁੱਬ ਜਾਗੇ ਹੋਰ ਦਾ ਪੱਲਾ ਨਾ ਫੜੋ ਗੁਰੂ ਦਾ ਪੱਲਾ ਫੜ ਕੇ ਰੱਖੋ ਇਹ ਦ੍ਰਿੜਤਾ ਕਰੋ ਆਪਣੇ ਅੰਦਰ ਚਲੋ ਬੰਦੀ ਛੋਟ ਦੇਵਸ ਦਾ ਤੁਹਾਨੂੰ ਅੱਜ ਹੀ ਸੁਨੇਹਾ ਦੇ ਦਿੱਤਾ ਉਸ ਦਿਨ ਤੁਸੀਂ ਪ੍ਰਣ ਕਰਦੇ ਹੋ ਇਕੱਠੇ ਹੋ ਕੇ ਇੱਕਠੇ ਹੋ ਕੇ ਪ੍ਰਣਾ ਕਰਿਓ ਵੀ ਅਸੀਂ ਪੰਨਾ ਹਟਕੇ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਹੀਂ ਛੱਡਣਾ ਗੱਲ ਨਹੀਂ ਹੋਰ ਕਿਸੇ ਦੀ ਮੰਨਣੀ ਚਲੋ ਰੋਹ ਵਿਚਾਰ ਥਾਂ ਤੇ ਹਾਂਜੀ ਹੁਣ ਮਾਨਸ ਦੇਹੀ ਤੇ ਆਪਾਂ ਗੱਲ ਕਰ ਰਹੇ ਸੀ ਇਹ ਸਾਰੇ ਨੁਕਤੇ ਸਮਝ ਜਾਗੇ ਫੇਰ ਜਾਨੀ ਕਿ ਲੜੀ ਜੋੜ ਦੇਵਾਂ ਪਹਿਲਾ ਨੁਕਤਾ ਆਪਾਂ ਸਮਝਿਆ ਮਨੁੱਖਾ ਜਨਮ ਸਾਰੀਆਂ ਜੂਨਾਂ ਦੀ ਸਰਦਾਰੀ ਦੂਜਾ ਨੁਕਤਾ ਆਪਾਂ ਸਮਝ ਲਿਆ ਮਾਨਸ ਦੇਹੀ ਇਹੀ ਹਰੀ ਦਾ ਮੰਦਿਰ ਹੈ ਇਹੀ ਅੱਲਾ ਦੀ ਮਸੀਤ ਹੈ ਇਹੀ ਪ੍ਰਮਾਤਮਾ ਦਾ ਡੇਰਾ ਹੈ ਤੇ ਇਹੀ ਅਸੀਂ ਗੁਰੂ ਗਿਆਨ ਰਾਹੀਂ ਗਿਆਨ ਦਾ ਦੀਵਾ ਬਾਲ ਕੇ ਇਹੀ ਦੇਵਤੇ ਦਾ ਮੰਦਰਾ ਹੈ ਦੇਵਤੇ ਪੂਜਨੇ ਕੋਈ ਨਹੀਂ ਗੁਰੂ ਗਿਆਨ ਨਾਲ ਜੁੜ ਕੇ ਦੇਵਤੇ ਬਣਨਾ ਹੈ ਦੇਵਤੇ ਬਣਨਾ ਹੈ ਇੱਕ ਗੱਲ ਹੋਰ ਰਮ ਜਦੇ ਜੇ ਮਾ ਅਸਲ ਵਿੱਚ ਸੱਚ ਕੀ ਹੈ ਮਨੁੱਖ ਤੋਂ ਵੱਖ ਹੋਰ ਕੋਈ ਦੇਵਤਾ ਨਹੀਂ ਮਨੁੱਖ ਤੋਂ ਵੱਖ ਕੋਈ ਦੇਵਤਾ ਨਹੀਂ ਆ ਸਰੀਰੀ ਯਾਨੀ ਕਿ ਸਰੀਰ ਤੋਂ ਬਿਨਾ ਨਾ ਨਾ ਮਨੋਖ ਹੀ ਗੁਰੂ ਗਿਆਨ ਨਾਲ ਜੁੜ ਕੇ ਦੇਵਤਾ ਬਣਦਾ ਹੈ ਦੇਵਤੇ ਬਣਨਾ ਚਾਹੀਦਾ ਕੋਈ ਸ਼ੱਕ ਨਹੀਂ ਦੇ ਵਿੱਚ ਪ੍ਰਮਾਣ ਲੈ ਲੋ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਬਲਿਹਾਰ ਜਾਮਾ ਗੁਰੂ ਤੋਂ ਦਿਨ ਵਿੱਚ ਸੈਂਕੜੇ ਵਾਰੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਐਸਾ ਸੱਚਾ ਗਿਆਨ ਦਿੱਤਾ ਸਾਨੂੰ ਗੁਰੂ ਜੀ ਨੇ ਜਿਸ ਸੱਚੇ ਗਿਆਨ ਨੇ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਦੇਰ ਨਹੀਂ ਲੱਗੀ ਜਿਸ ਵੇਲੇ ਵੀ ਆਪਾਂ ਸੱਚੇ ਗਿਆਨ ਨੂੰ ਸਮਝ ਕੇ ਮੰਨ ਲੈਂਦੇ ਹਾਂ ਉਸੇ ਵੇਲੇ ਹੀ ਅਸੀਂ ਦੇਵਤੇ ਬਣ ਜਾਂਦੇ ਹਾਂ ਦੇਵਤੇ ਬਣ ਤੇ ਦੇਰ ਹੀ ਨਹੀਂ ਲੱਗਦੀ ਕਿਤੇ ਗੁਰਬਾਣੀ ਚ ਵਚਨ ਆਉਂਦਾ ਮਾਨਸਤੇ ਦੇਵਤੇ ਪਏ ਧਿਆਆਂ ਨਾਮ ਹਰੇ ਹਰੀ ਪ੍ਰਮਾਤਮਾ ਦਾ ਨਾਮ ਤੇ ਆਉਂਦਿਆਂ ਮਨੁੱਖ ਤੋਂ ਦੇਵਤੇ ਬਣ ਜਾਂਦੇ ਹਾਂ ਹੋਰ ਪ੍ਰਮਾਣ ਲੈ ਲੋ ਭਗਤ ਨਾਮਦੇਵ ਜੀ ਮਹਾਰਾਜ ਦਾ ਬਚਨ ਹੈ ਕਹਿੰਦੇ ਨਰਤੇ ਸੁਰ ਹੋਏ ਜਾਤ ਨਿਮਖਮਹਿ ਨਰਤੇ ਸੁਰ ਹੋਏ ਜਾਤ ਨਿਮਖਮਹਿ ਸਤਗੁਰ ਬੁੱਧ ਸਿਖ ਲਈ ਨਰਤੇ ਉਪਜ ਸੁਰਗਿ ਕਿਉ ਜੀਤਿਓ ਸੋ ਅਫਗਦਮੈ ਪਾਈ ਕਹਿੰਦੇ ਮਨੁੱਖ ਤੋਂ ਦੇਵਤੇ ਬਣ ਜਾਈਦਾ ਨਰਤੇਸੁਰ ਹੋ ਜਾਤ ਨਿਮਖ ਮੈਂ ਬਸ ਨਿਮਖ ਦੇ ਵਿੱਚ ਹੀ ਮਨੁੱਖ ਤੋਂ ਦੇਵਤੇ ਬਣ ਜਾਈਦਾ ਜਦੋਂ ਸੱਚੇ ਗਿਆਨ ਵਾਲੀ ਮਤ ਸਿੱਖ ਲਈ ਜਾਂਦੀ ਹੈ ਜਦੋਂ ਅਸੀਂ ਸਤਗੁਰ ਆਲੀ ਸੱਚੇ ਗਿਆਨ ਵਾਲੀ ਮਤ ਲੈ ਲਈ ਬਸ ਉਸੇ ਵੇਲੇ ਮਨੁੱਖ ਤੋਂ ਦੇਵਤੇ ਬਣ ਕੇ ਦੇਰੀ ਥੋੜਾ ਲੱਗਦੀ ਹੈ ਨਰਤੇਸੁਰ ਹੋ ਜਾਤ ਨਿਮਖ ਮੈਂ ਸਤਗੁਰ ਬੁੱਧ ਸਖਲਾਈ ਨਰਤੇ ਉਪਜ ਸੁਰਗ ਕੋ ਜੀਤਿਓ ਸੋ ਅਵਗਦ ਮੈਂ ਪਾਈ ਮੈਂ ਉਹ ਸੱਚੇ ਗਿਆਨ ਦੀ ਦਵਾਈ ਪ੍ਰਾਪਤ ਕਰ ਲਈ ਕਿ ਮਨੁੱਖਾ ਦੇਹੀ ਚ ਪੈਦਾ ਹੋ ਕੇ ਪੁਜਾਰੀ ਵਾਲੇ ਸੁਰਗ ਨੂੰ ਜਿੱਤ ਲਿਆ ਪੁਜਾਰੀ ਕਹਿੰਦਾ ਨਾ ਦੇਵਤੇ ਸੁਰਗਾਂ ਚ ਰਹਿੰਦੇ ਆ ਨਾ ਅਸੀਂ ਤਾਂ ਜਿੱਤ ਲਿਆ ਸੁਰਗ ਅਸੀਂ ਤਾਂ ਸਵਰਗ ਜਿੱਤ ਲਿਆ ਇਸ਼ਾਰਾ ਦੇ ਦੇਵਾ ਪੁਜਾਰੀ ਕਹਿੰਦਾ ਸੁਰਗਾਂ ਚ ਪਰੀਆਂ ਦੇ ਨਾਚ ਹੁੰਦੇ ਆ ਸੁਰਗਾਂ ਦੇ ਵਿੱਚ ਅੰਗੂਰਾਂ ਦੀ ਸ਼ਰਾਬ ਚੱਲਦੀ ਹੈ ਸੱਚੇ ਗਿਆਨ ਨੇ ਮੇਰੇ ਮਨ ਦੀ ਵਾਸ਼ਨਾ ਮਾਰ ਦਿੱਤੀ ਹੁਣ ਮੈਨੂੰ ਮੇਰੇ ਮਨ ਵਿੱਚ ਇਹ ਨਹੀਂ ਵੀ ਉੱਪਰ ਜਾ ਕੇ ਸ੍ਰੀ ਛੱਡਣ ਤੋਂ ਬਾਅਦ ਅੰਗੂਰਾਂ ਦੀ ਸ਼ਰਾਬ ਪੀਵਾਂਗੇ ਜਾਂ ਪਰੀਆਂ ਦੇ ਨਾਚ ਵੇਖਾਂਗੇ ਨਾ ਮੈਂ ਤਾਂ ਜਿੱਤ ਲਿਆ ਸੁਰਗ ਕਿਉਂਕਿ ਮੇਰੇ ਮਨ ਵਿੱਚ ਇੱਛਾ ਹੀ ਨਹੀਂ ਰਹੀ ਵੀ ਲੜਕੀਆਂ ਦੇ ਨਾਚ ਦੇਖਣੇ ਹੈ ਜਾਂ ਅੰਗੂਰਾਂ ਦੀ ਸ਼ਰਾਬ ਪੀਣੀ ਹੈ ਇਹ ਤਾਂ ਪੁਜਾਰੀ ਦੇ ਲਾਰੇ ਆ ਨਾ ਹੁਣ ਤਾਂ ਜਿੱਤ ਲਿਆ ਸਵਰਗ ਪੁਜਾਰੀ ਕਹਿੰਦਾ ਨਿੰਦਾ ਹੁੰਦੀ ਐਵੇਂ ਆਪਦੇ ਕੋਲੋਂ ਗੱਲ ਬਣਾਉਣੀ ਪੁਜਾਰੀ ਕਹਿੰਦਾ ਹੈ ਇੰਦਰ ਸੁਰਗਾਂ ਦਾ ਰਾਜਾ ਇਹ ਕਹਿੰਦਾ ਨਾ ਤੇ ਪੁਜਾਰੀ ਦੀ ਲਿਖਤੇ ਵੀ ਕਹਿੰਦੀ ਹੈ ਕਿ ਇੰਦਰ ਬਲਾਤਖਾਰੀ ਵੀ ਹੈ ਗੋਤਮ ਤਪਾ ਐਲਿਆ ਇਸਤਰੀ ਤੇ ਸੁਦੇਖ ਇੰਦਰ ਲੁਭਾਇਆ ਸਹਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ ਫੇਰ ਨਾਪੁਰ ਜੋ ਨਿੰਦਾ ਕੀ ਹੁੰਦੀ ਹੈ ਜੀ ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਦੀ ਬਾਦੂ ਦੀ ਬਦਨਾਮੀ ਕਰਨ ਨੂੰ ਨਿੰਦਾ ਕਿਹਾ ਜਾਂਦਾ ਹੈ ਇਹ ਗੁਰਬਾਣੀ ਵਿੱਚ ਹਵਾਲਾ ਦਿੱਤਾ ਹੈ ਵੀ ਇਹ ਪੁਜਾਰੀ ਦੀ ਲਿਖਤੇ ਗੱਲ ਰਹਿੰਦੀ ਹੈ ਹਵਾਲਾ ਦੇ ਨਿੰਦਾਣੀ ਫੇਰ ਨਿੰਦਾ ਤੋਂ ਆਪ ਹੀ ਕਰਦਾ ਹੈ ਤਾਂ ਤੇ ਹੁਣ ਦੇਖੋ ਬਲਾਤਕਾਰੀ ਵੀ ਹੈ ਇੰਦਰ ਤੇ ਯਾਨੀ ਕਿ ਸਾਰੇ ਦੇਵਤਿਆਂ ਦਾ ਰਾਜਾ ਵੀ ਹੈ ਕੀ ਅਸੀਂ ਇਦਾਂ ਦੇ ਦੇਵਤੇ ਬਣਨਾ ਹੈ ਨਹੀਂ ਜੀ ਅਸੀਂ ਤਾਂ ਇੰਦਰ ਜੱਥ ਲਿਆ ਜਿਹੜਾ ਵੀ ਗੁਰੂ ਗਿਆਨ ਨਾਲ ਜੁੜਿਆ ਹੋਇਆ ਹੈ ਇਸਤਰੀ ਪੁਰਸ਼ ਕੋਈ ਹੈ ਉਹਨੇ ਤਾਂ ਜਤ ਕਿਉਂਕਿ ਉਹ ਕੈਰੈਕਟਰ ਤੋਂ ਗਿਰਿਆ ਹੋਇਆ ਹੈ ਤੇ ਜਿਹੜਾ ਗੁਰਬਾਣੀ ਦੇ ਸੱਚੇ ਗਿਆਨ ਨਾਲ ਜੁੜਿਆ ਉਹਦੇ ਕਰੈਕਟਰ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਜਿਵੇਂ ਦਾਸ ਆਤਮ ਵਿਸ਼ਵਾਸ ਨਾਲ ਗੁਰੂ ਦੀ ਕਿਰਪਾ ਸਦਕਾ ਆਤਮ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦਾ ਹੈ ਕਿ ਮੈਂ ਇੰਦਰ ਤੋਂ ਚੰਗਾ ਹਾਂ ਕਿਉਂ ਕਿਉਂਕਿ ਇੰਦਰ ਬਲਾਤਕਾਰੀ ਹੈ ਮੈਂ ਜ਼ਿੰਦਗੀ ਵਿੱਚ ਇਦਾਂ ਦਾ ਕੋਈ ਕਰਮ ਨਹੀਂ ਕੀਤਾ ਬੋਲੋ ਸਾਥਨਾਮ ਇੰਦਰ ਸਾਡਾ ਮੁਕਾਬਲਾ ਕੀ ਕਰ ਲਵੇ ਹੰਕਾਰ ਨਹੀਂ ਸਵੈਮਾਨ ਇੰਦਰ ਨੰਗ ਗੁਰਬਾਣੀ 'ਚ ਲਿਖਿਆ ਜੀ ਪ੍ਰਮਾਣ ਲੈ ਲੋਕਬੀਰ ਸਾਹਿਬ ਜੀ ਬਾਣੀ ਤੋਂ ਬਾਹਰ ਨਹੀਂ ਅਸੀ ਗੱਲ ਕੋਈ ਕਹਿੰਦੀ ਬਾਣੀ 'ਚ ਲਿਖਿਆ ਹੈ ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹੈ નિਸ਼ੰਕ ਜੋ ਜਨ ਨਿਰਦਾਵੈ ਰਹੈ ਸੋ ਗਣੈ ਇੰਦਰ ਸੋ ਰੰਕ ਜਿਹੜੇ ਨਿਲੇਪ ਵਰਤੀ 'ਚ ਰਹਿਣ ਵਾਲੇ ਰੱਬ ਦੇ ਪਿਆਰੇ ਹੁੰਦੇ ਆ ਉਹ ਤਾਂ ਇੰਦਰ ਵਰਗਿਆਂ ਨੂੰ ਨੰਗ ਜਾਣਦੇ ਆ ਫੈਸਲਾ ਬਾਣੀ ਦਾ ਹਰ ਫੈਸਲਾ ਬਾਣੀ ਤੋਂ ਦੇਣਾ ਹੈ ਇਸ ਕਰਕੇ ਦੇਖੋ ਕਿੱਡਾ ਵੱਡਾ ਮਹਾਨ ਜੀਵਨ ਦਿੱਤਾ ਤੁਹਾਨੂੰ ਸਾਨੂੰ ਕਿੱਡਾ ਵੱਡਾ ਅਸੀਂ ਸੱਚੇ ਦੇਵਤੇ ਬਣਨਾ ਹੈ ਇਹ ਝੂਠੇ ਦੇਵਤੇ ਲਵਲਾਤਕਾਰੀ ਦੇਵਤਾ ਹੋਇਆ ਕਦੇ ਕਮਾਲ ਦੀ ਗੱਲ ਹੈ ਤੇ ਜਿੱਤ ਲਿਆ ਹਜਾ ਸੁਰਗਿਆਂ ਦੇ ਦੇਵਤੇ ਜਿੱਤੀ ਫਿਰਦੇ ਆਂ ਅਸੀਂ ਤਾਂ ਸਾਡਾ ਮੁਕਾਬਲਾ ਕਰਨਗੇ ਹਜਿੰਦਰ ਵਰਗੇ ਇਹ ਨਹੀਂ ਮੁਕਾਬਲਾ ਕਰ ਸਕਦੇ ਸਾਡਾ ਨਾ 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 ਸਾਨੂੰ ਇਹ ਜੇ ਸੁਰਗਾਂ ਦੀ ਕੋਈ ਇੱਛਾ ਨਹੀਂ ਕੋਵਾਂ ਨਰਕ ਕਾ ਸਵਰਗ ਵਿਚਾਰਾ ਸੰਤਨ ਦੂਰ ਆਦੇ ਹਮ ਕਾਹੂਗੀ ਕਾਣਾ ਨਾ ਕੜਤੇ ਆਪਣੇ ਗੁਰ ਪ੍ਰਸਾਦ ਇਸ ਕਰਕੇ ਗੱਲ ਚੱਲੀ ਆ ਮਾਨਸ ਦੇਹੀ ਮਿਲੀ ਆ ਆਪਾਂ ਦੇਵਤੇ ਬਣਨਾ ਹੈ ਵਰਤਮਾਨ ਚੀ ਦੇਵਤੇ ਬਣਨਾ ਹੈ ਦੇਵਤੇ ਪੂਜਨੇ ਨੇ ਅਸੀਂ ਦੇਵਤੇ ਕਿਹੜੇ ਪੂਜਨੇ ਆ ਨਾ ਅਸੀਂ ਸੱਚੇ ਦੇਵਤੇ ਬਣਨਾ ਹੈ ਗੁਰੂ ਸੱਚੇ ਦੇਵਤੇ ਬਣਾਉਂਦਾ ਹੈ ਪੁਜਾਰੀ ਦੇ ਦੇਵਤੇ ਝੂਠੇ ਆ ਹਾਂ ਜੇ ਕੋਈ ਗੁਰਮਤ ਗਿਆਨ ਨੂੰ ਨਹੀਂ ਮੰਨਦਾ ਜਿੱਥੇ ਮਰਜੀ ਜਾ ਸਕਦਾ ਕਿਉਂਕਿ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਪਰ ਇਹ ਇੱਥੇ ਆ ਕੇ ਕਿਸੇ ਨੂੰ ਕਿੰਤੂ ਕਰਨ ਦਾ ਹੱਕ ਨਹੀਂ ਗੁਰਬਾਣੀ ਦੇ ਗਿਆਨ ਤੇ ਕੋਈ ਇਹ ਕਹੇ ਜੀ ਕਿ ਗੁਰਬਾਣੀ ਦਾ ਗਿਆਨ ਤੁਸੀਂ ਨਾ ਸੁਣਾਓ ਨਾ ਹਾਂ ਜੇ ਕੋਈ ਗੁਰਮਤ ਨੂੰ ਨਹੀਂ ਮੰਨਣਾ ਚਾਹੁੰਦਾ ਜਿੱਥੇ ਮਰਜੀ ਜਾ ਸਕਦਾ ਅਸੀਂ ਗੁਰਬਾਣੀ ਦਾ ਸੱਚ ਸੁਣਾਉਣ ਵਾਸਤੇ ਆਜ਼ਾਦ ਹਾਂ ਤਤੇ ਸੁਣ ਕੇ ਮੰਨਣਾ ਨਾ ਮੰਨਣਾ ਇਹ ਕਿਸੇ ਦੀ ਆਪਣੀ ਮਰਜ਼ੀ ਹੈ ਪਰ ਮੰਨਣ ਵਾਲੇ ਦਾ ਭਲਾ ਸੱਚ ਨੂੰ ਮੰਨਣ ਵਾਲੇ ਦਾ ਭਲਾ ਇਸ ਕਰਕੇ ਇਹ ਸੱਚ ਹੈ ਜੀ ਪੁਜਾਰੀ ਦੇ ਦੇਵਤੇ ਝੂਠੇ ਐ ਤੇ ਸੱਚੇ ਗਿਆਨ ਨਾਲ ਜੁੜੇ ਹੋਏ ਮਨੁੱਖ ਸੱਚੇ ਦੇਵਤੇ ਹੁੰਦੇ ਐ ਸੱਚੇ ਦੇਵਤੇ ਮਨੁੱਖ ਚਾਹੇ ਭੈਣ ਚਾਹੇ ਭਰਾ ਕੋਈ ਐ ਇਸ ਕਰਕੇ ਦੇਵਤੇ ਪੂਜਨੇ ਕਾਤੇ ਆ ਦੇਵਤੇ ਬਣੋ ਉਦੋਂ ਅੱਗੇ ਤਰੱਕੀ ਕਰੋ ਨਾ ਦੇਵਤੇ ਬਣੋ ਦੇਵਤੇ ਪੂਜਨ ਦੇਵਤੇ ਬਣੋ ਖੁਦੀ ਦੇਵਤੇ ਬਣੋ ਮਨੁੱਖ ਤੋਂ ਵੱਖਰਾ ਕੋਈ ਦੇਵਤਾ ਨਹੀਂ ਯਾਦ ਰੱਖਿਓ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਨਹੀਂ ਸਾਰੇ ਇੱਕ ਸੱਚਾ ਪ੍ਰਮਾਤਮਾ ਹੈ ਦੂਜੀ ਤਾਂ ਸ਼ਕਤੀ ਕੋਈ ਨਹੀਂ ਇੱਥੇ ਇੱਕੋ ਹੀ ਪ੍ਰਮਾਤਮਾ ਹੈ ਬਸ ਮਨੁੱਖ ਨੇ ਪ੍ਰਮਾਤਮਾ ਨਾਲ ਜੁੜ ਕੇ ਦੇਵਤਾ ਬਣਾਣਾ ਪ੍ਰਮਾਤਮਾ ਤਾਂ ਵੱਖਰੀ ਕੋਈ ਸ਼ਕਤੀ ਨਹੀਂ ਫੇਰ ਯਾਦ ਕਰ ਲੋ ਕਰਨ ਕਰਨ ਪ੍ਰਭ ਏਕ ਹੈ ਏਕ ਹੈ ਦੂਸਰਾ ਨਹੀਂ ਕੋਈ ਨਹੀਂ ਕੋਈ ਨਾਨਕ ਤਿਸ ਬੋਲ ਤਿਸ ਵਾਲੇ ਹਾਰਨੇ ਜਲ ਥਲ ਮਹੀਆਲ ਸੋਏ ਪਰ ਅਸੀਂ ਪੜ੍ਹ ਵੀ ਲੈਂਦੇ ਹਾਂ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਪਰ ਕਈ ਵਾਰ ਸਾਡਾ ਚੰਦਰਾ ਮੰਨ ਨਹੀਂ ਮੰਨਦਾ ਜੀਵ ਨੇ ਪੜਿਆ ਕਰਨ ਕਾਰਨ ਪਰਵੇਕ ਮਨ ਪਤਾ ਹੀ ਕੀ ਕਹਿੰਦਾ ਪੜਿਓ ਆਪਣਾ ਮਨ ਸਾਰੀ ਸੰਗਤ ਚੰ드ਰਾਮਨ ਕਹੀ ਜਾਂਦਾ ਨੂੰ ਚੂਜੋਂ ਤੋਂ ਸਾਰੀਆਂ ਹੀ ਹੈਗੀਆਂ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਸ਼ਕਤੀਆਂ ਸਾਰੀਆਂ ਹੀ ਹੈਗੀਆਂ ਜੀਵ ਪੜਦੀ ਆ ਕਰਨ ਕਾਰਨ ਪਰਵੇਕ ਹੈ ਦੂਸਰ ਨਾਹੀ ਕੋਈ ਜੀਵ ਨੇ ਪੜਿਆ ਦੂਸਰ ਨਾਹੀ ਕੋਈ ਚੰ드ਰਾਮਨ ਕਹਿੰਦਾ ਸਾਰਾ ਕੁਝ ਹੀ ਹੈਗਾ ਬੋਲੋ ਸਤਨਾਮ ਸ਼੍ਰੀ ਹੋਆ ਹਾਈ ਹਾਈ ਮਨ ਨਾਲ ਦੀ ਨਾਲ ਹੀ ਗੁਰੂ ਦਾ ਉਪਦੇਸ਼ ਕੱਟੀ ਜਾਂਦਾ ਜੀ ਪੜੀਏਗੇ ਦੂਸਰ ਨਾਹੀ ਕੋਈ ਮਨ ਕਹੀ ਜਾਂਦਾ ਸਾਰਾ ਕੁਝ ਹੀ ਹੈਗਾ ਇਹਦਾ ਮਤਲਬ ਮਨ ਗੁਰੂ ਨੂੰ ਧਲਤ ਕਹਿ ਰਿਹਾ ਹੈ ਆਪਣ ਲੋਜੀ ਆਪਣਾ ਅੰਦਰਲਾ ਅੱਜ ਤੋਂ ਜੇ ਗੁਰਬਾਣੀ ਨਾਲ ਪਿਆਰ ਹੈ ਅੱਜ ਤੋਂ ਬਾਅਦ ਨਾ ਕਹੋ ਸਾਰਾ ਕੁਝ ਹੀ ਹੈਗਾ ਕਿਉਂਕਿ ਆਪਾਂ ਗੁਰੂ ਤੋਂ ਸਿਆਣੇ ਨਹੀਂ ਹੋ ਸਕਦੇ ਗੁਰੂ ਜੀ ਕਹਿੰਦੇ ਦੂਸਰ ਨਹੀਂ ਕੋਈ ਹੁਣ ਇਹ ਦੋਨੇ ਪ੍ਰਮਾਨ ਯਾਦ ਰਹਿਗੇ ਨਾ ਹੋਰ ਲੈ ਲਓ ਪ੍ਰਮਾਨਿਕ ਦੋ ਪਹਿਲਾ ਪ੍ਰਮਾਨ ਯਾਦ ਰਹਿ ਗਿਆ ਸੌਖਾ ਸਾਰੇ ਪੜਦੇ ਹੀ ਉਹ ਸਰਵੰਗ ਸਾਚਾ ਇੱਕ ਹੈ ਦੂਜਾ ਨਹੀਂ ਕੋਈ ਗੁਰੂ ਨਾਨਕ ਬਾਬਾ ਜੀ ਦੇ ਇੱਕ ਵਚਨ ਨੇ ਸਾਰੇ ਦੇਵੀ ਦੇਵਤੇ ਬਾਬੇ ਪੀਰਾਂ ਦਾ ਭੁਗ ਪਾਤਾ ਦੂਜਾ ਨਾਹੀਂ ਕੋਈ ਦੂਜਾ ਪ੍ਰਮਾਣ ਦੇਤਾ ਤੁਹਾਨੂੰ ਕਰਮ ਕਾਰਨ ਪ੍ਰਾਇਵੇ ਏਕ ਹੈ ਦੂਸਰਾ ਨਹੀਂ ਕੋਈ ਨਾਨਕ ਤਿਸ ਬਾਰੇ ਹਾਰਨਾ ਜਲਥਲ ਮਹੀਲ ਸੋ ਤੀਜਾ ਪ੍ਰਮਾਣ ਤੁਧ ਵਿੰਨ ਦੂਜਾ ਨਹੀਂ ਕੋਈ ਪਾਉ ਥਾਂ ਥਾਂ ਤੇ ਬਾਣੀ ਚ ਲਿਖਿਆ ਵੀ ਸਾਨੂੰ ਦ੍ਰਿੜ ਹੋ ਜੇ ਤੁਧ ਵਿੰਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹਿ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਹੋਰ ਪ੍ਰਮਾਣ ਲੈ ਲੋ ਹਰ ਇੱਕ ਸੈਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਵਿਨ ਕੋਈ ਨਾਹੀਂ ਦਰ ਭ੍ਰਮ ਭਉ ਦੂਰ ਕਰ ਇਹ ਸ੍ਰੀ ਰਾਗ ਦੀ ਵਾਰ ਵਿੱਚ ਵਚਨ ਹੈ ਗੁਰੂ ਨਾਨਕ ਬਾਬਾ ਜੀ ਚੌਥੇ ਸਰੂਪ 'ਚ ਵਚਨ ਕਹਿ ਰਹੇ ਹਰ ਇੱਕ ਸੈਦਾ ਹੈ ਅਮਰ ਇਥੇ ਸਾਰੇ ਇੱਕ ਪ੍ਰਮਾਤਮਾ ਜੀ ਦਾ ਹੁਕਮ ਚੱਲਦਾ ਹੈ ਅਮਰ ਦਾ ਅਰਥ ਕੀ ਹੁੰਦਾ ਹੁਕਮ ਕਹਿ ਲੋ ਰੱਬੀ ਕਾਨੂੰਨ ਕਹਿ ਲੋ ਰੱਬੀ ਸਰਕਾਰ ਕਹਿ ਲੋ ਦੀ ਕੌਸਮਿਕਲਾ ਸਾਰੀ ਇੱਕ ਪ੍ਰਮਾਤਮਾ ਜੀ ਦਾ ਹੁਕਮ ਚੱਲਦਾ ਰੱਬ ਰੱਬੀ ਸਰਕਾਰ ਚੱਲਦੀ ਹੈ